ਫੈਸਲਾ ਸ਼ਬਦ ਹੈ ਜਿਹੜਾ ਜਿੰਨੀ ਗੱਲ ਮੈਨੂੰ ਸਮਝਾਈ ਮੈਂ ਉਹ ਤੁਹਾਡੇ ਨਾਲ ਸਾਂਝੀ ਕਰਦਾ ਕਿ ਜੇਕਰ ਧਰਤੀ ਉੱਤੇ ਇੱਕ ਮਨੁੱਖੀ ਹੋਵੇ ਸਿਰਫ ਇੱਕ ਮਨੁੱਖ ਹੋਵੇ ਧਰਤੀ ਦੇ ਉੱਤੇ ਤਾਂ ਫੈਸਲਾ ਸ਼ਬਦ ਕੋਈ ਬਹੁਤੀ ਇੰਪੋਰਟੈਂਸ ਨਹੀਂ ਰੱਖਦਾ ਹੈਗਾ ਜੇ ਪੂਰੇ ਗਲੋਬ ਦੇ ਉੱਤੇ ਸਿਰਫ ਇੱਕ ਮਨੁੱਖ ਹੋਵੇ ਤਾਂ ਫੈਸਲੇ ਸ਼ਬਦ ਨੂੰ ਅਸੀਂ ਕੋਈ ਬਹੁਤੀ ਤਵੱਜੋ ਦਿੰਦੇ ਹੀ ਨਹੀਂ ਜਾਂ ਹੋ ਸਕਦਾ ਸੀ ਫੈਸਲੇ ਸ਼ਬਦ ਦਾ ਜਨਮ ਹੀ ਨਾ ਹੁੰਦਾ ਜੇ ਧਰਤੀ ਤੇ ਸਿਰਫ ਇੱਕ ਮਨੁੱਖ ਹੁੰਦਾ ਪਰ ਜਿਉਂ ਹੀ ਧਰਤੀ ਤੇ ਦੋ ਮਨੁੱਖ ਹੋਏ ਤਾਂ ਇਹ ਸ਼ਬਦ ਜਿਹੜਾ ਸੀਗਾ ਮਨੁੱਖ ਦੇ ਇਤਿਹਾਸ ਦਾ ਸਭ ਤੋਂ ਅਹਿਮ ਸ਼ਬਦ ਹੋ ਨਿਬੜਿਆ ਧਰਤੀ ਤੇ ਇੱਕ ਮਨੁੱਖ ਹੁੰਦਾ ਇਹ ਸ਼ਬਦ ਹੋ ਸਕਦਾ ਜੰਦਾ ਹੀ ਨਾ ਜੇ ਧਰਤੀ ਤੇ ਦੋ ਮਨੁੱਖ ਹੋਏ ਤਾਂ ਇਹ ਸ਼ਬਦ ਹਜੇ ਤੱਕ ਦੇ ਇਤਿਹਾਸ ਦਾ ਫੈਸਲਾ ਸ਼ਬਦ ਡਿਸੀਜਨ ਸ਼ਬਦ ਐਵੇਂ ਨਿਬੜਿਆ ਐਵੇਂ ਹੋ ਨਿਬੜਿਆ ਇਹ ਚਾਹੇ ਕਿਸੇ ਵੀ ਵਿਦਾ ਦੇ ਵਿੱਚ ਹੋਵੇ ਰਾਜਨੀਤੀ ਸ਼ਾਸਤਰ ਨਹੀਂ ਚਾਹੇ ਇਕਨੋਮਿਕਸ ਹੋਵੇ ਸੋਸ਼ੀਓਲੋਜੀ ਹੋਵੇ ਸਾਈਕੋਲੋਜੀ ਹੋਵੇ ਲਿਟਰੇਚਰ ਹੋਵੇ ਤਾਂ ਡਿਸੀਜਨ 메ਕਿੰਗ ਜਾਂ ਡਿਸੀਜਨ ਹੈ ਜਿਹੜਾ ਉਹਦਾ ਆਪਣਾ ਇੱਕ ਪ੍ਰਭਾਵ ਹੈ ਜਦੋਂ ਅਸੀਂ ਇਹ ਕਹਿੰਦਾ ਕਿ ਫੈਸਲੇ ਸ਼ਬਦ ਦੀ ਪਹਿਲੀ ਸ਼ਰਤ ਇਹ ਹੈ ਕਿ ਘੱਟੋ ਘੱਟ ਦੋ ਬੰਦੇ ਹੋਣੇ ਚਾਹੀਦੇ ਨੇ ਤਾਂ ਘੱਟੋ ਘੱਟ ਦੋ ਬੰਦਿਆਂ ਦੀ ਸ਼ਰਤ ਪੂਰੀ ਕਿੱਥੋਂ ਹੋਈ ਹੈ ਤਾਂ ਉਹਦੇ ਲਈ ਸਾਨੂੰ ਥੋੜਾ ਜਿਹੀ ਜਿਹੜੀ ਥਿਊਰੀ ਐ ਸਟੈਬਲਿਸ਼ਡ ਐ ਜਿਹੜੀ ਪ੍ਰਵਾਨਿਤ ਆ ਉਹ ਡਾਰਵਿਨ ਦੀ ਥਿਊਰੀ ਆ ਡਾਰਵਿਨ ਦੀ ਥਿਊਰੀ ਮੁਤਾਬਕ ਚੁੰਡ ਸ਼ੁਰੂ ਚ ਪੈਦਾ ਨਹੀਂ ਹੋਇਆ ਜਿਹੜੇ ਜੀਨਸ ਪੈਦਾ ਹੋਏ ਨੇ ਉਹ ਚੁੰਡ ਦੇ ਵਿੱਚ ਨਹੀਂ ਪੈਦਾ ਹੋਏ ਜਦੋਂ ਚੁੰਡ ਪੈਦਾ ਹੋਇਆ ਉਦੋਂ ਹੀ ਦੋ ਸ਼ਖਸ ਇਕੱਠੇ ਹੋਏ ਨੇ ਚੁੰਡ ਪੈਦਾ ਹੋਣ ਲਈ ਜੇ ਅਸੀਂ ਕਹਿ ਦਈਏ ਵੀ ਸਮਾਜ ਆ ਜਿਹੜਾ ਜੇ ਉਹਨੂੰ ਸੱਭਿਅਕ ਢੰਗ ਨਾਲ ਚੁੰਡ ਨੂੰ ਅਸੀਂ ਸਮਾਜ ਦਾ ਨਾਮ ਦਈਏ ਤਾਂ ਸਮਾਜ ਪੈਦਾ ਹੋਣ ਦੀ ਜਿਹੜੀ ਨੀਂਵ ਜੀ ਹੈਗੀ ਹੈ ਉਹ ਵੱਜੀ ਆ ਮੈਮਲਸ ਤੋਂ ਥਾਂਤਰੀ ਜੀਵਾਂ ਤੋਂ ਜਦੋਂ ਕਿਸੇ ਬੱਚੇ ਨੇ ਪੈਦਾ ਹੋਣ ਤੇ 1 ਸੈਕਿੰਡ ਬਾਅਦ ਇਹ ਸਮਝ ਬਣਾ ਲਈ ਕਿ ਉਹਦੀ ਜ਼ਿੰਦਗੀ ਡਿਪੈਂਡ ਹੈ ਉਹਦੀ ਮਾਂ ਦੇ ਉੱਤੇ ਕਦੇ ਇਤਿਹਾਸ ਦੇ ਵਿੱਚ ਜਦੋਂ ਕੋਈ ਬੱਚਾ ਪੈਦਾ ਹੋਇਆ ਹੋਗਾ ਉਹਨੇ ਇਹ ਸਾਰੇ ਥਾਵਾਂ ਤੇ ਇਸ ਤਰ੍ਹਾਂ ਨਹੀਂ ਹੁੰਦਾ ਹੈਗਾ ਇਹ ਸਿਰਫ ਮੈਮਲਸ ਦੇ ਵਿੱਚ ਹੀ ਹੋਇਆ ਹੈਗਾ ਡਾਰਵਿਨ ਦੇ ਮੁਤਾਬਕ ਕਿ თანਤਰੀ ਜੀਵ ਹੈ ਜਿਹੜੇ ਉਹ ਸਮਾਜ ਦੇ ਜਨਨ ਨੇ ਕਿਉਂਕਿ ਉਹਨਾਂ ਦੇ ਵਿੱਚ ਜਨ ਪੈਦਾ ਹੋਣ ਦੇ 1 ਸੈਕਿੰਡ ਬਾਅਦ ਹੀ ਵੈਸੇ ਹੁਣ ਸਾਇੰਸ ਨੇ ਇਹ ਕਹਿੰਦਾ ਹੈ ਕਿ ਮਾਂ ਦੇ ਪੇਟ ਚ ਇਹ ਸਮਝ ਬਣ ਜਾਂਦੀ ਹੈ ਕਿ ਉਹਦੀ ਜ਼ਿੰਦਗੀ ਮਾਂ ਦੇ ਖਾਣ ਪੀਣ ਤੇ ਡਿਪੈਂਡ ਕਰਦੀ ਹੈਗੀ ਹੈ ਪਰ ਸ਼ੁਰੂ ਦੇ ਵਿੱਚ ਇਹ ਕਿਹਾ ਗਿਆ ਕਿ ਉਹ ਪਹਿਲੇ ਸੈਕਿੰਡ ਦੇ ਵਿੱਚ ਬੱਚੇ ਨੂੰ ਜਿਹੜੇ ਬੱਚੇ ਨੂੰ ਸਮਝ ਆ ਗਿਆ ਸੀਗਾ ਕਿ ਉਹਦੀ ਜ਼ਿੰਦਗੀ ਮਾਂ ਦੇ ਉੱਤੇ ਡਿਪੈਂਡ ਹੈ ਤਾਂ ਉਦੋਂ ਉਸ ਦਿਨ ਉਸ ਪਹਿਲੇ ਸੈਕਿੰਡ ਦੇ ਵਿੱਚ ਸਮਾਜ ਦਾ ਮੁੱਢ ਵੱਜਿਆ ਸੀਗਾ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਸਮਾਜ ਜਿਹੜਾ ਪੁੰਗਰਿਆ ਹੈਗਾ ਸਮਾਜ ਦਾ ਜਿਹੜਾ ਬੀ ਪੁੰਗਰਿਆ ਹੈਗਾ ਉਹਨੂੰ ਜਿਹੜੀ ਸੱਲ ਪ੍ਰਦਾਨ ਕੀਤੀ ਹੈਗੀ ਆ ਉਹ ਮਾਂ ਦੇ ਦੁੱਧ ਨੇ ਕੀਤੀ ਹੈਗੀ ਆ ਉਸ ਤੋਂ ਬਾਅਦ ਜਿੰਨੇ ਵੀ ਮੈਮਲਜ਼ ਹੋਏ ਨੇ ਉਹ ਸਾਰੇ ਹੀ ਝੁੰਡ ਦੇ ਵਿੱਚ ਅੱਜ ਤੱਕ ਵੀ ਉਹ ਉਸੇ ਤਰ੍ਹਾਂ ਝੁੰਡ ਦੇ ਵਿੱਚ ਹੀ ਰਹਿ ਰਹੇ ਨੇ ਉਹਨਾਂ ਸਾਰੇ ਜੀਵਾਂ ਦੇ ਵਿੱਚੋਂ ਹੀ ਮਨੁੱਖ ਜਿਹੜਾ ਹੈਗਾ ਇੱਕ ਜੀਵ ਹੈ ਤੇ ਮਨੁੱਖ ਨੇ ਜਿਹੜੇ ਬਾਅਦ ਦੇ ਵਿੱਚ ਸਮਾਜ ਬਣੇ ਉਹਦੇ ਜਿਹੜੇ ਘਾਰਨੇ ਬਣੇ ਉਹਦੇ ਵਿੱਚ ਜਿਹੜੇ ਫੈਸਲੇ ਨੇ ਮਨੁੱਖ ਦੇ ਉਹ ਟਾਈਮ-ਟਾਈਮ ਸਰ ਹੁੰਦੇ ਰਹੇ ਉਹਨਾਂ ਨੂੰ ਅਸੀਂ ਰਿਕਾਰਡ ਵੀ ਕਰਦੇ ਰਹੇ ਹੁਣ ਮਨੁੱਖ ਜਿਹੜਾ ਜਦੋਂ ਪੈਦਾ ਹੋ ਗਿਆ ਤਾਂ ਮਨੁੱਖ ਦੀਆਂ ਕੋਈ ਵੀ ਕਿਸੇ ਵੀ ਧਰਤੀ ਦੇ ਹਿੱਸੇ ਤੇ ਹੋਵੇ ਉਹਦੀਆਂ ਦੋ ਪਹਿਚਾਨਾਂ ਹੁੰਦੀਆਂ ਨੇ ਘੱਟੋ-ਘੱਟ ਦੋ ਪਹਿਚਾਨਾਂ ਹਰ ਮਨੁੱਖ ਦੀਆਂ ਹੁੰਦੀਆਂ ਨੇ ਇੱਕ ਤਾਂ ਉਹਦੀ ਇੰਡੀਵਿਜੂਅਲ ਪਛਾਣ ਹੁੰਦੀ ਹੈ ਉਹ ਬੰਦਾ ਦੂਸਰਾ ਉਹ ਜਿਹੜੇ ਆਲੇ-ਦੁਆਲੇ ਚ ਰਹਿ ਰਿਹਾ ਹੈਗਾ ਉਹ ਕਿਸੇ ਨਾ ਕਿਸੇ ਚਾਹੇ ਉਹ ਪੰਜਾਬੀ ਦੀ ਪਛਾਣ ਹੋਵੇ ਚਾਹੇ ਸਿੱਖ ਦੀ ਪਛਾਣ ਹੋਵੇ ਚਾਹੇ ਫੌਜੀ ਦੀ ਪਛਾਣ ਹੋਵੇ ਚਾਹੇ ਵਿਦਵਾਨ ਦੀ ਪਛਾਣ ਹੋਵੇ ਇੱਕ ਪਛਾਣ ਘੱਟੋ-ਘੱਟ ਬੰਦੇ ਹੋਣ ਦੇ ਨਾਲ ਇੱਕ ਉਹਦੀ ਕਲੈਕਟਿਵ ਆਈਡੈਂਟੀਟੀ ਦੇ ਵਿੱਚ ਉਹਦੀ ਪਛਾਣ ਲੁਕੀ ਹੁੰਦੀ ਹੈ ਉਹਦੀ ਘੱਟੋ-ਘੱਟ ਦੋ ਪਛਾਣਾਂ ਹੁੰਦੀਆਂ ਇਸ ਤੋਂ ਵੱਧ ਜਿੰਨੀਆਂ ਵੀ ਹੋ ਸਕਦੀਆਂ ਨੇ ਪਰ ਹਰ ਮਨੁੱਖ ਜਦੋਂ ਦਾ ਇਹ ਮਤਲਬ ਸਮਾਜ ਸ਼ੁਰੂ ਹੋਇਆ ਹੈਗਾ ਉਹ ਦੋ ਪਛਾਣਾਂ ਲੈ ਕੇ ਚੱਲ ਰਿਹਾ ਹੈਗਾ ਜਦੋਂ ਹੁਣ ਵੀ ਅੱਜ ਵੀ ਤੁਸੀਂ ਦੇਖਦੇ ਹੋ ਕੋਈ ਬੰਦਾ ਸਾਹਮਣੇ ਖੜਾ ਹੈਗਾ ਉਹ ਬੰਦਾ ਦਿਖ ਰਿਹਾ ਪਰ ਨਾਲ ਦੀ ਨਾਲ ਜਿਹੜਾ ਪਹਿਲਾ ਕੁਐਸਚਨ ਤੁਹਾਨੂੰ ਜਾਣਨ ਦੀ ਕੋਸ਼ਿਸ਼ ਕਰੇਗਾ ਉਹ ਤੁਹਾਡੀ ਦੂਸਰੀ ਪਛਾਣ ਨੂੰ ਆਇਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰੇਗਾ ਦੂਸਰੀ ਪਛਾਣ ਆਇਡੈਂਟੀਫਾਈ ਤੁਹਾਡੇ ਬੋਲਣ ਤੋਂ ਵੀ ਹੁੰਦੀ ਹੈ ਤੁਹਾਡੇ ਪਹਿਰਾਵੇ ਤੋਂ ਵੀ ਹੁੰਦੀ ਹੈ ਤਾਂ ਇਹ ਜਿਹੜੀਆਂ ਦੋ ਪਛਾਣਾਂ ਨੇ ਇਹ ਬੰਦੇ ਦੇ ਘੱਟੋ ਘੱਟ ਦੋ ਪਛਾਣਾਂ ਬੰਦੇ ਦੇ ਨਾਲ ਜਿਹੜੀਆਂ ਹੈਗੀਆਂ ਨੇ ਇਹ ਹਮੇਸ਼ਾ ਹੀ ਚੱਲਦੀਆਂ ਰਹਿੰਦੀਆਂ ਨੇ ਹੁਣ ਦੋ ਪਛਾਣਾਂ ਵੀ ਨੇ ਦੋ ਪਛਾਣਾਂ ਦੇ ਵਿੱਚੋਂ ਇੱਕ ਪਛਾਣ ਸਾਂਝੀ ਹੈ ਤੇ ਇੱਕ ਪਛਾਣ ਬੰਦੇ ਦੀ ਨਿੱਜੀ ਹੈ ਸਾਰੀਂ ਦੁਨੀਆ ਦੇ ਵਿੱਚ ਜਿੰਨੇ ਵੀ ਮਨੁੱਖ ਨੇ ਇਹ ਇਸ ਵਿਦਾ ਨਾਲ ਹੀ ਰਹਿ ਰਹੇ ਨੇ ਹੁਣ ਜਿਹੜੀ ਇਹਨਾਂ ਸਾਰਿਆਂ ਦੇ ਵਿੱਚ ਇੱਕ ਸਾਂਝੀ ਲੜੀ ਹੈ ਮਨੁੱਖ ਹੋਣ ਦੇ ਨਾਤੇ ਹੀ ਜਿਹੜੀ ਇੱਕ ਸਾਂਝੀ ਸੋਚ ਹੈ ਜਿਹੜੀ ਹਰ ਮਨੁੱਖ ਦੇ ਵਿੱਚ ਹੈ ਜਿਹੜੀ ਇਹ ਇਸ ਫੈਸਲੇ ਸ਼ਬਦ ਨੂੰ ਪੈਦਾ ਕਰਨ ਲਈ ਲਾਜ਼ਮੀ ਬਣੀ ਉਹ ਇਹ ਹੈ ਕਿ ਕੋਈ ਵੀ ਮਨੁੱਖ ਧਰਤੀ ਦੇ ਕਿਸੇ ਵੀ ਖਿੱਤੇ ਤੇ ਰਹਿ ਰਿਹਾ ਹੈਗਾ ਉਹਦੇ ਅੰਦਰ ਇੱਕ ਇੱਛਾ ਹੈ ਉਹ ਇੱਛਾ ਹੀ ਇਹ ਸਾਰੇ ਪ੍ਰੋਸੈਸ ਦਾ ਸਾਰੀ ਡਿਵੈਲਪਮੈਂਟ ਦਾ ਸਾਰੇ ਵਿਕਾਸ ਦਾ ਸਾਰੀ ਸਾਇੰਸ ਦਾ ਸਾਰੇ ਲਿਟਰੇਚਰ ਦਾ ਆਧਾਰ ਬਣੀ ਹੈ ਉਹ ਇੱਛਾ ਹੈ ਬਿਹਤਰ ਜ਼ਿੰਦਗੀ ਜਿਉਣ ਦੀ ਇੱਛਾ ਮਨੁੱਖ ਮੁੱਢ ਤੋਂ ਹੀ ਬਿਹਤਰ ਜ਼ਿੰਦਗੀ ਇਹ ਔਰ ਇਹ ਸਾਂਝੀ ਆ ਇਹ ਨਹੀਂ ਹੈਗਾ ਕਿ ਅਮਰੀਕਾ ਦੇ ਬੰਦੇ ਦੇ ਵਿੱਚ ਆ ਇੰਡੀਆ ਦੇ ਬੰਦੇ ਵਿੱਚ ਨਹੀਂ ਜਿਹੜਾ ਵੀ ਮਨੁੱਖ ਪੈਦਾ ਹੋ ਗਿਆ ਉਹ ਆਪਣੇ ਮਰਨ ਤੱਕ ਇਸ ਇੱਛਾ ਨੂੰ ਨਾਲ-ਨਾਲ ਰੱਖਦਾ ਹੈਗਾ ਇਹ ਪੈਦਾ ਹੋਣ ਨਾਲ ਜੁੜੀ ਹੋਈ ਆ ਜਿਹੜਾ ਮਨੁੱਖ ਪੈਦਾ ਹੋ ਗਿਆ ਮਨੁੱਖਸ ਦੇ ਵਿੱਚ ਖਾਸ ਕਰਕੇ ਕਿ ਉਹਦੇ ਵਿੱਚ ਇਹ ਹਮੇਸ਼ਾ ਹੀ ਰਹਿੰਦਾ ਹੈਗਾ ਕਿ ਉਹ ਇੱਕ ਬਿਹਤਰ ਜ਼ਿੰਦਗੀ ਲਈ ਤਤਪਰ ਰਹੇ ਇਹ ਸਾਰੇ ਮਨੁੱਖਸ ਦੇ ਵਿੱਚ ਕਾਮਨ ਹੈ ਸਾਰੇ ਹਿਊਮਨ ਬੀਗਸ ਦੇ ਵਿੱਚ ਕਾਮਨ ਹੈ ਹਰ ਬੰਦਾ ਬਿਹਤਰ ਜ਼ਿੰਦਗੀ ਲਈ ਸੰਘਰਸ਼ੀਲ ਹੈ ਹਰ ਬੰਦਾ ਬਿਹਤਰ ਜ਼ਿੰਦਗੀ ਜਿਉਣਾ ਲੋਚਦਾ ਹੈ ਇਹ ਕਾਮਨ ਹੈ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਇਹ ਚੀਜ਼ ਕਾਮਨ ਹੈ ਤਾਂ ਸਾਰੇ ਮਨੁੱਖ ਇੱਕੋ ਜਿਹੇ ਨੇ ਇਹ ਇੱਕ ਚੀਜ਼ ਹੀ ਕਾਮਨ ਹੈ ਸਾਰੇ ਮਨੁੱਖਾਂ ਦੇ ਵਿੱਚ ਬਾਕੀ ਸਾਰੇ ਥਾਵਾਂ ਤੇ ਮਨੁੱਖਾਂ ਦੇ ਵਿੱਚ ਵੱਖਰੇਵੇਂ ਨੇ ਜਿਹੜੇ ਉਹ ਐਗਜ਼ਿਸਟ ਕਰਦੇ ਨੇ ਹੁਣ ਵੱਖਰੇਵੇਂ ਜਦੋਂ ਸਾਰੇ ਬੰਦੇ ਬਿਹਤਰ ਜ਼ਿੰਦਗੀ ਜਿਉਣਾ ਚਾਹੁੰਦੇ ਨੇ ਵੱਖਰੇਵੇਂ ਕਿੱਥੋਂ ਆਉਂਦੇ ਨੇ ਵੱਖਰੇਵੇਂ ਆਉਂਦੇ ਨੇ ਇੰਟਰਪ੍ਰੀਟੇਸ਼ਨ ਤੋਂ ਔਰ ਇੰਟਰਪ੍ਰੀਟੇਸ਼ਨ ਸਾਡੇ ਸਾਰੇ ਵਿਕਾਸ ਦਾ ਆਧਾਰ ਬੰਦੀ ਹੈ ਕਿ ਬਿਹਤਰ ਜ਼ਿੰਦਗੀ ਕੀ ਹੁੰਦੀ ਹੈ ਕਿਵੇਂ ਜਿਉਈ ਜਾਂਦੀ ਹੈ ਐਦੀ ਇੰਟਰਪ੍ਰੀਟੇਸ਼ਨ ਸਾਂਝੀ ਨਹੀਂ ਹੁੰਦੀ ਹਰ ਥਾਂ ਤੇ ਐਦੀ ਇੰਟਰਪ੍ਰੀਟੇਸ਼ਨ ਵੱਖਰੀ ਵੱਖਰੀ ਹੁੰਦੀ ਹੈ ਇਹ ਵੀ ਸੰਭਾਵਨਾ ਰਹਿੰਦੀ ਹੈ ਕਿ ਹਰ ਬੰਦੇ ਦੀ ਵੱਖਰੀ ਵੱਖਰੀ ਹੋਵੇ ਹਰ ਬੰਦੇ ਦੀ ਬਿਹਤਰ ਜ਼ਿੰਦਗੀ ਜਿਉਣ ਦਾ ਜਿਹੜਾ ਮਾਇਨਾ ਹੈ ਉਹ ਵੱਖਰਾ ਹੋਵੇ ਹੁਣ ਜਦੋਂ ਹਰ ਬੰਦੇ ਦੀ ਵੱਖਰਾ ਵੱਖਰਾ ਜ਼ਿੰਦਗੀ ਜਿਉਣ ਦਾ ਮੈਨਾ ਵੱਖਰਾ ਹੈ ਤਾਂ ਉੱਥੇ ਵਖਰੇਵੇਂ ਪੈਦਾ ਹੁੰਦੇ ਨੇ ਵਖਰੇਵੇਂ ਪੈਦਾ ਹੁੰਦੇ ਨੇ ਤਾਂ ਆਸ ਸਹਿਮਤੀਆਂ ਪੈਦਾ ਹੁੰਦੀਆਂ ਨੇ ਆਸ ਸਹਿਮਤੀਆਂ ਜਦੋਂ ਪੈਦਾ ਹੋਈਆਂ ਜਦੋਂ ਦੁਨੀਆ ਦੇ ਉੱਤੇ ਕਦੇ ਪਹਿਲੀ ਵਾਰ ਆਸ ਸਹਿਮਤੀ ਪੈਦਾ ਹੋਈ ਸੀ ਤਾਂ ਉਸ ਦਿਨ ਸਿਆਸਤ ਨੇ ਜਨਮ ਲਿਆ ਸੀ ਉਸ ਦਿਨ ਅਸੀਂ ਜਿਹੜੇ ਸ਼ਬਦ ਨੂੰ ਪੋਲਿਟਿਕਸ ਕਹਿੰਦੇ ਆ ਤਾਂ ਪੋਲਿਟਿਕਸ ਦਾ ਜਿਹੜਾ ਸਬੰਧ ਆ ਸਿੱਧਾ ਉਹ ਦੋ ਕੰਡੀਸ਼ਨ ਚਾਹੀਦੀ ਹੈ ਇੱਕ ਤਾਂ ਬੰਦੇ ਦੋ ਹੋਣੇ ਚਾਹੀਦੇ ਆ ਘਟੋ ਘਟ ਦੂਸਰਾ ਇਸੇ ਨਾ ਕਿਸੇ ਪੁਆਇੰਟ ਦੇ ਉੱਤੇ ਆਸਹਿਮਤੀ ਹੋਣੀ ਚਾਹੀਦੀ ਹੈ ਆਸਹਿਮਤੀ ਹੋਏਗੀ ਤਾਂ ਫਿਰ ਹੀ ਫੈਸਲਾ ਲੈਣ ਦਾ ਮੋੜ ਸ਼ੁਰੂ ਹੋਏਗਾ ਕਿ ਹੁਣ ਸਾਰੇ ਬੰਦੇ ਇੱਕ ਚੀਜ਼ ਲਈ ਸਹਿਮਤ ਨਹੀਂ ਹੈਗੇ ਤਾਂ ਅਸੀਂ ਕਿਵੇਂ ਕਰੀਏ ਕਿ ਸਹਿਮਤ ਹੋ ਜਾਈਏ ਸਾਰੇ ਬੰਦਿਆਂ ਦੇ ਵਿੱਚ ਕਾਮਨ ਥ੍ਰੈਡ ਇਹ ਹੈ ਕਿ ਜ਼ਿੰਦਗੀ ਬਿਹਤਰ ਕਰਨੀ ਹੈ ਪਰ ਜ਼ਿੰਦਗੀ ਬਿਹਤਰ ਦੀ ਜਿਹੜੀ ਇੰਟਰਪ੍ਰੀਟੇਸ਼ਨ ਹੈ ਉਹ ਵੱਖਰੀ-ਵੱਖਰੀ ਹੈ ਤਾਂ ਉਸ ਨੂੰ ਕਿਵੇਂ ਆਈਡੈਂਟੀਫਾਈ ਕੀਤਾ ਜਾਵੇ ਇਸ ਸਵਾਲ ਦੇ ਨਾਲ ਹੀ ਜਿਹੜੀ ਮਨੁੱਖਤਾ ਦਾ ਸਮਾਜ ਦਾ ਵਿਕਾਸ ਹੈ ਜਿਹੜਾ ਸਮਾਜ ਨੇ ਅਗਲਾ ਸਟੈਪ ਲੈਣ ਦੀ ਕੋਸ਼ਿਸ਼ ਕੀਤੀ ਸਮਾਜ ਨੇ ਇੱਥੋਂ ਤੁਰਨਾ ਸ਼ੁਰੂ ਕੀਤਾ ਤਾਂ ਇਹਦੇ ਵਿੱਚ ਵੱਖ-ਵੱਖ ਪੜਾਵਾਂ ਵਿੱਚੋਂ ਅਸੀਂ ਗੁਜ਼ਰੇ ਹਾਂ ਜਿਹੜਾ ਆਈਡੈਂਟੀਫਾਈ ਹੋਇਆ ਪਹਿਲਾ ਪੜਾ ਆਈਡੈਂਟੀਫਾਈ ਹੋਇਆ ਉਹ ਕੁਦਰਤੀ ਹੈ ਕਿ ਬੱਚਾ ਜਿਹੜਾ ਹੈਗਾ ਉਹ ਆਪਦੀ ਮਾਂ ਦੇ ਪਿੱਛੇ ਜਾਂਦਾ ਹੈਗਾ ਪਿਓ ਦਾ ਨਾਂ ਤਾਂ ਹੁਣੇ ਹੀ ਜਾਣਨ ਲੱਗੇ ਨੇ ਸਮਾਜ ਹੈ ਜਿਹੜਾ ਉਹ ਮਾਂ ਦਾ ਹੀ ਬੱਚਾ ਹੈ ਕੁਦਰਤੀ ਤੌਰ ਤੇ ਔਰ ਅੱਜ ਵੀ ਪਿਓ ਉਹੀ ਹੁੰਦਾ ਜਿਹੜਾ ਤੁਹਾਨੂੰ ਤੁਹਾਡੀ ਮਾਂ ਦੱਸ ਦਿੰਦੀ ਹੈ ਕਿ ਪਿਓ ਹੈ ਪਿਓ ਦਾ ਕੁਦਰਤੀ ਤੌਰ ਤੇ ਤੁਹਾਨੂੰ ਕੋਈ ਸਿੱਧਾ ਪ੍ਰੂਫ ਨਹੀਂ ਹੁੰਦਾ ਹੈਗਾ ਔਰ ਸਮਾਜ ਤੁਹਾਨੂੰ ਕਦੇ ਵੀ ਇਹ ਨਹੀਂ ਕਹਿੰਦਾ ਹੈਗਾ ਕਿ ਤੁਸੀਂ ਆਪਣੇ ਫਾਰਮ ਤੇ ਪਿਓ ਦਾ ਨਾਂ ਇਹ ਲਿਖਿਆ ਦੇ ਤੁਸੀਂ ਇਹਦਾ ਡੀਐਨਏ ਨਾਲ ਅਟੈਚ ਨਹੀਂ ਕੀਤਾ ਤੁਹਾਡੀ ਮਾਂ ਨੇ ਤੁਹਾਨੂੰ ਦੱਸਤਾ ਪਿਓ ਉਸ ਠੀਕ ਹੈ ਇਹ ਕੁਦਰਤੀ ਇੱਕ ਢਾਂਚਾ ਹੈਗਾ ਕਿ ਜਿਹਦੇ ਵਿੱਚ ਅਸੀਂ ਮਾਂ ਦੇ ਬੱਚੇ ਹੁੰਨੇ ਆ ਤਾਂ ਕੁਦਰਤੀ ਤੌਰ ਤੇ ਜਿਹੜੀ ਸਹਿਮਤੀ ਅਸਹਿਮਤੀ ਹੈ ਅਸੀਂ ਪਹਿਲੀ ਵਾਰ ਜਿਹੜੀ ਅਸੀਂ ਕਿਸੇ ਦੀ ਮੰਨਣੀ ਸ਼ੁਰੂ ਕੀਤੀ ਉਹ ਸ਼ੁਰੂ ਕੀਤੀ ਕਿ ਅਸੀਂ ਜਿਸ ਮਾਂ ਨੇ ਸਾਨੂੰ ਜਨਮ ਦਿੱਤਾ ਅਸੀਂ ਉਹਦੇ ਪਿੱਛੇ-ਪਿੱਛੇ ਰਹੇ ਉਹ ਜਿਸ ਕਬੀਲੇ ਦੀ ਰਹਿ ਰਹੀ ਸੀ ਕਿਉਂਕਿ ਉਹਨੂੰ ਪ੍ਰੋਟੈਕਸ਼ਨ ਦੀ ਲੋੜ ਸੀ ਤਾਂ ਉਹਨਾਂ ਨੇ ਇਕੱਠੇ ਰਹਿਣਾ ਸ਼ੁਰੂ ਕੀਤਾ ਇਕੱਠੇ ਰਹਿ ਕੇ ਉਹਨਾਂ ਨੇ ਕੁਝ ਚੀਜ਼ਾਂ ਨੂੰ ਘਾਟੇ ਸਹਿ ਕੇ ਵਾਧੇ ਸਹਿ ਕੇ ਕੁਝ ਚੀਜ਼ਾਂ ਉਹਨਾਂ ਨੇ ਐਸਟੈਬਲਿਸ਼ ਕੀਤੀਆਂ ਉਹ ਉਹਨਾਂ ਨੇ ਬੱਚਿਆਂ ਨੂੰ ਬੱਚਿਆਂ ਸਾਹਮਣੇ ਕਰਨੀਆਂ ਸ਼ੁਰੂ ਕੀਤੀਆਂ ਬੱਚਿਆਂ ਨੇ ਉਹਨਾਂ ਨੂੰ ਸਿੱਖਣਾ ਸ਼ੁਰੂ ਕੀਤਾ ਤਾਂ ਉਹੋ ਪਰੰਪਰਾਵਾਂ ਦੇ ਤਾਰ ਤੇ ਬੱਚੇ ਜਿਉਂਦੇ ਰਹੇ ਉਹਨਾਂ ਪਰੰਪਰਾਵਾਂ ਦੇ ਆਧਾਰ ਦੇ ਉੱਤੇ ਹੀ ਬੱਚੇ ਫੈਸਲੇ ਲੈਂਦੇ ਰਹੇ ਅੱਗੇ ਉਹਨਾਂ ਦੇ ਬੱਚੇ ਫੈਸਲੇ ਲੈਂਦੇ ਰਹੇ ਇਸ ਤਰ੍ਹਾਂ ਹੀ ਜਦੋਂ ਸਮਾਜ ਵੱਧਦਾ ਵੱਧਾ ਵਧਨ ਲੱਗਿਆ ਤਾਂ ਫਿਰ ਜਿਹੜੇ ਸਿਧਾਂਤ ਪੈਦਾ ਹੋਏ ਉਹ ਰੱਬੀ ਸਿਧਾਂਤ ਪੈਦਾ ਹੋਏ ਕਿ ਹੁਣ ਪਰਿਵਾਰ ਇੰਨਾ ਵੱਧ ਗਿਆ ਇੰਨਾ ਵੱਧ ਗਿਆ ਕਿ ਹੁਣ ਫੈਸਲੇ ਕਿਵੇਂ ਲੈ ਜਾਣ ਪਹਿਲਾਂ ਤਾਂ ਛੋਟਾ ਫੈਸਲਾ ਸੀ ਉਹ ਜਿਵੇਂ ਵੱਡੇ ਕਹਿ ਰਹੇ ਸੀ ਉਵੇਂ ਕਰ ਰਹੇ ਸੀਗੇ ਤਾਂ ਉਦੋਂ ਜਿਹੜਾ ਇੱਕ ਜਿਹਦੇ ਤੇ ਹੋਇਆ ਵੀ ਬੰਦਿਆਂ ਨੂੰ ਕਿਉਂਕਿ ਬੰਦਿਆਂ ਲਈ ਇੰਟਰਪ੍ਰੀਟੇਸ਼ਨ ਦੀ ਸਮੱਸਿਆ ਹੈਗੀ ਹਮੇਸ਼ਾ ਹੀ ਕਿ ਬਿਹਤਰ ਜ਼ਿੰਦਗੀ ਹੁੰਦੀ ਕੀ ਹੈ ਹਰ ਜਨਰੇਸ਼ਨ ਹੈ ਜਿਹੜੀ ਉਹਦੀ ਮਾਇਨੇ ਘੜਦੀ ਹੈ ਤਾਂ ਉਦੋਂ ਇਹ ਮੈਨਾ ਕਰ ਦਿੱਤਾ ਗਿਆ ਕਿ ਬਿਹਤਰ ਜ਼ਿੰਦਗੀ ਤੁਹਾਨੂੰ ਰਾਜਾ ਦੇ ਸਕਦਾ ਹੈਗਾ ਜਿਹੜੀ ओरिएंटਲ ਸੋਸਾਇਟੀਜ਼ ਨੇ ਉਹਦੇ ਵਿੱਚ ਰੱਬ ਦਾ ਕਨਸੈਪਟ ਸਪਿਰਚੁਅਲਿਟੀ ਦਾ ਕਨਸੈਪਟ ਸੀਗਾ ਤਾਂ ਉਹਦੇ ਵਿੱਚ ਇਹਦੀ ਇੰਟਰਪ੍ਰੀਟੇਸ਼ਨ ਇਸ ਤਰੀਕੇ ਨਾਲ ਕੀਤੀ ਗਈ ਕਿ ਜਿਹੜਾ ਰੱਬ ਹੈ ਇਹ ਰਾਜੇ ਦਾ ਦੂਤ ਹੈ ਇਹ ਮਨੁੱਖ ਤੋਂ ਉੱਪਰ ਹੈ ਰਾਜੇ ਤੋਂ ਥੱਲੇ ਹੈ ਇਹ ਰੱਬ ਦਾ ਮੈਸੇਜ ਲੈ ਕੇ ਆਇਆ ਹੈਗਾ ਤੇ ਇਹਦੇ ਹੁਕਮ ਦੀ ਅਵੇਲਨਾ ਕਰਨਾ ਰੱਬ ਦੇ ਹੁਕਮ ਦੀ ਅਵੇਲਨਾ ਕਰਨਾ ਜੇ ਤੁਸੀਂ ਇਹਦੇ ਹੁਕਮ 'ਚ ਰਹੋਗੇ ਭਾਣੇ 'ਚ ਰਹੋਗੇ ਤਾਂ ਜ਼ਿੰਦਗੀ ਬਿਹਤਰ ਹੋਵੇਗੀ। ਇਸੇ ਚੀਜ਼ ਨੂੰ ਹੀ ਵੈਸਟ ਦੇ ਵਿੱਚ ਵੀ ਜਦੋਂ ਅਸੀਂ ਦੇਖਦੇ ਹਾਂ ਤਾਂ ਕਿਤਾਬ ਲੈਵੀ ਐਂਥਨ ਥਾਮਸ ਆਫਸ ਦੀ ਤਾਂ ਉਹ ਕਹਿ ਰਿਹਾ ਹੈਗਾ ਕਿ ਉਹ ਰੱਬ ਦਾ ਕਨਸੈਪਟ ਨਹੀਂ ਦੇ ਰਿਹਾ ਉਹ ਲੌਜੀਕਲੀ ਕਹਿ ਰਿਹਾ ਹੈਗਾ ਕਿ ਜਦੋਂ ਰਾਜਾ ਨਹੀਂ ਹੁੰਦਾ ਸੀਗਾ ਤਾਂ ਬੰਦਾ ਇੱਕ ਦੂਜੇ ਨੂੰ ਮਾਰੀ ਜਾਂਦਾ ਸੀਗਾ ਤੇ ਰਾਜਾ ਆਇਆ ਤਾਂ ਉਹਨੇ ਬੰਦੇ ਦੀ ਜਾਨ ਸੁਰੱਖਿਅਤ ਕੀਤੀ ਹੈ ਤੇ ਜੇ ਹੁਣ ਤੁਸੀਂ ਰਾਜੇ ਦੀ ਗੱਲ ਨਹੀਂ ਮੰਨੋਗੇ ਤਾਂ ਤੁਸੀਂ ਫੇਰ ਨਕਸ ਚਲੇ ਜਾਓਗੇ। ਜੇ ਤੁਸੀਂ ਜ਼ਿੰਦਗੀ ਬਿਹਤਰ ਜਿਉਣੀ ਹੈ ਤਾਂ ਤੁਹਾਡੇ ਲਈ ਰਾਜੇ ਦੀ ਗੱਲ ਮੰਨਣੀ ਜ਼ਰੂਰੀ ਹੈ ਫਿਰ ਅਗਲਾ ਪੜਾ ਆਇਆ ਕਿ ਰਾਜਾ ਕੋਈ ਰੱਬ ਨਹੀਂ ਹੈਗਾ ਸਾਡੇ ਵਰਗਾ ਬੰਦਾ ਹੀ ਹੈ ਤੇ ਅਸੀਂ ਬਿਹਤਰ ਜ਼ਿੰਦਗੀ ਜਿਉਉਣ ਦੇ ਮੈਨੇ ਆਪਸ ਦੇ ਵਿੱਚ ਡਿਸਕਸ ਕਰਕੇ ਆਪਸ ਦੇ ਵਿੱਚ ਇੱਕ ਦੂਜੇ ਦੀ ਗੱਲ ਸੁਣ ਕੇ ਅਸੀਂ ਇਹ ਫੈਸਲੇ ਲੈ ਸਕਦੇ ਹਾਂ ਇਹ ਪੈਰਲਲ ਚੱਲ ਰਿਹਾ ਹੈਗਾ ਜਿਵੇਂ ਪੰਜਾਬ ਦੇ ਵਿੱਚ ਚੱਲ ਰਿਹਾ ਵੀ ਚਲੋ ਫੈਸਲਾ ਲੈਣਾ ਸਾਰਾ ਖਾਲਸਾਪਨ ਇਕੱਠਾ ਕਰੋ ਫੈਸਲਾ ਲਓ ਉਹਦੇ ਲਈ ਦਿਨ ਵਿੱਚ ਲੈਵਸਾ ਕੀ ਦਾ ਫੈਸਲਾ ਲਓ ਵਾਸਤੇ ਦੇ ਵਿੱਚ ਵੀ ਇਹੀ ਹੈ ਕਿ ਤੁਸੀਂ ਫੈਸਲਾ ਲੈਣਾ ਸਭ ਨੂੰ ਬੋਲਣ ਦਾ ਅਧਿਕਾਰ ਦਿਓ ਸਭ ਨੂੰ ਆਪਦੇ ਮੈਨੇ ਆ ਜਿਹੜੇ ਬਿਹਤਰ ਜ਼ਿੰਦਗੀ ਦੇ ਉਹ ਦੱਸਣ ਦਿਓ ਉਹਦੇ ਵਿੱਚੋਂ ਬਿਹਤਰ ਜ਼ਿੰਦਗੀ ਦਾ ਜਿਹੜਾ ਮੈਨਾ ਜ਼ਿਆਦਾ ਪ੍ਰਮਾਨਿਤ ਹੋਏਗਾ ਇੱਥੇ ਸ਼ਬਦ ਆ ਰਿਹਾ ਜ਼ਿਆਦਾ ਪ੍ਰਮਾਨਿਤ ਹੋਏਗਾ ਉਸ ਨੂੰ ਮੰਨ ਲਿਆ ਜਾਵੇਗਾ ਇਹਦੇ ਵਿੱਚੋਂ ਦੋ ਫਲਸਫੇ ਨਿਕਲੇ ਉਧਾਰਵਾਦ ਅਧਾਰਵਾਦ ਤੂ ਅਗੇ ਕਾਉਂਟਰ ਕਰਨ ਵਾਸਤੇ ਮਾਰਕਸਵਾਦ ਮਾਰਕਸਵਾਦ ਤੇ ਆਧਾਰਵਾਦ ਦੇ ਵਿੱਚੋਂ ਬੰਦੇ ਦੀ ਬਿਹਤਰ ਜ਼ਿੰਦਗੀ ਦਾ ਜਿਹੜਾ ਉਪਯੋਗਤਾਵਾਦ ਇਹ ਤਿੰਨਵਾਦ ਇਹਦੇ ਵਿੱਚੋਂ ਨਿਕਲੇ ਬੰਦੇ ਦੀ ਸਮਝ ਦੀ ਬਣੀ ਜਿੱਥੇ ਮਾਰਕਸਵਾਦ ਨੇ ਕਹਤਾ ਕਿ ਬੰਦੇ ਦੀ ਜ਼ਿੰਦਗੀ ਬਿਹਤਰ ਕਿਵੇਂ ਹੋਏਗੀ ਬੰਦਾ ਬਿਹਤਰ ਫੈਸਲੇ ਕਿਵੇਂ ਲੈ ਸਕਦਾ ਉਹਦੇ ਲਈ ਪਹਿਲਾਂ ਉਹਨੂੰ ਉਹਦੇ ਚੁੱਲ੍ਹੇ ਤੋਂ ਮੁਕਤ ਕਰਨਾ ਪਊਗਾ ਜਦ ਤੱਕ ਉਹਨੂੰ ਚੁੱਲ੍ਹੇ ਦਾ ਫਿਕਰ ਨਹੀਂ ਹੋਊਗਾ ਤਦ ਤੱਕ ਉਹ ਫੈਸਲੇ ਸਹੀ ਨਹੀਂ ਲੈ ਪਾਏਗਾ ਇਹੀ ਗੱਲ BC ਫੇਸ ਦੇ ਵਿੱਚ ਅਰਿਸਟੋਟਲ ਵੀ ਕਹਿੰਦਾ ਹੈ ਕਿ ਜਿਸ ਬੰਦੇ ਕੋਲੇ ਵੇਲ ਨਹੀਂ ਹੋਏਗੀ ਉਹ ਸਾਰਿਆਂ ਦੀ ਭਲਾਈ ਦੇ ਫੈਸਲੇ ਨਹੀਂ ਲੈ ਸਕਦਾ ਬੰਦੇ ਨੂੰ ਫੈਸਲੇ ਲੈਣ ਲਈ ਬੰਦੇ ਨੂੰ ਬੰਦੇ ਦੀਆਂ ਬੇਸਿਕ ਜ਼ਰੂਰਤਾਂ ਤੋਂ ਮੁਕਤ ਹੋਣਾ ਪਏਗਾ ਤੇ ਇਹੀ ਮਾਰਕਸਵਾਦ ਅੱਗੇ ਧਾਰ ਬੰਦਦਾ ਕਿ ਜਦ ਤੱਕ ਬੰਦੇ ਦੀਆਂ ਬੇਸਿਕ ਨੀਡਸ ਪੂਰੀਆਂ ਨਹੀਂ ਹੋਣਗੀਆਂ ਤਾਂ ਬੰਦਾ ਬੰਦੇ ਦਾ ਕੌਨਸ਼ੀਅਸਨੈਸ ਹੈ ਜਿਹੜਾ ਉਹ ਉਸ ਲੈਵਲ ਤੇ ਨਹੀਂ ਪਹੁੰਚ ਸਕੂਗਾ ਜਿਹੜਾ ਫੈਸਲੇ ਲੈਣ ਲਈ ਡਿਜ਼ਾਇਰੇਬਲ ਹੁੰਦਾ ਹੈਗਾ ਉਧਾਰਵਾਦ ਨੇ ਕਿਹਾ ਹੈਗਾ ਕਿ ਹਰ ਬੰਦੇ ਨੂੰ ਬੋਲਣ ਦਿਓ ਹਰ ਬੰਦੇ ਨੂੰ ਲਾਜਿਕ ਬਿਲਡ ਕਰਨ ਦਿਓ ਭੁੱਖਾ ਵੀ ਵਧੀਆ ਲਾਜਿਕ ਦੇ ਸਕਦਾ ਹੈਗਾ ਤਾਂ ਉਹ ਲਾਜਿਕ ਜਦੋਂ ਆਪਸ ਚ ਪੜਨਗੇ ਡਿਸਕਸ਼ਨ ਹੋਏਗੀ ਤਾਂ ਸਾਡੇ ਸਾਹਮਣੇ ਕੋਈ ਨਿੱਤਰ ਕੇ ਗੱਲਾਂ ਸਾਹਮਣੇ ਆਉਣਗੀਆਂ ਤੇ ਅਸੀਂ ਉਸ ਦੇ ਆਧਾਰ ਤੇ ਫੈਸਲੇ ਲਵਾਂਗੇ ਤਾਂ ਇਹਦੇ ਵਿੱਚੋਂ ਜਿਹੜਾ ਨਿਕਲ ਆਇਆ ਉਹ ਕਿਤੇ ਨਾ ਕਿਤੇ ਜਿਹੜਾ ਮਨੁੱਖਤਾ ਲਈ ਕਾਫੀ ਕਹਿਰ ਵੀ ਬਣਿਆ ਉਹ ਨਿਕਲ ਆਇਆ ਮжоਰਟੀ ਰੂਲ ਕਿ ਜੇ 100 ਬੰਦਿਆਂ ਦੇ ਵਿੱਚੋਂ 51 ਬੰਦੇ ਇੱਕ ਗੱਲ ਤੇ ਸਹਿਮਤ ਹੋ ਗਏ ਤਾਂ ਉਹਦਾ ਲਾਜਿਕ ਚਾਹੇ ਕੁਝ ਵੀ ਹੋਵੇ ਤਾਂ ਉਹਨਾਂ ਦੀ ਮੰਨੀ ਜਾਊਗੀ ਉਪਯੋਗਤਾਵਾਦ ਨੇ ਤਾਂ ਸਾਫ਼-ਸਾਫ਼ ਕਹਿ ਦਿੱਤਾ ਕਿ ਮੈਕਸਿਮਮ ਹੈਪੀਨੈਸ ਆਫ ਮੈਕਸਿਮਮ ਨੰਬਰਸ ਕਿ ਵੱਧ ਤੋਂ ਵੱਧ ਬੰਦਿਆਂ ਦੀ ਵੱਧ ਤੋਂ ਵੱਧ ਖੁਸ਼ੀ ਹੈ ਜਿਹੜੀ ਇਹ ਸਹੀ ਫੈਸਲਾ ਹੋਊਗਾ ਉਪਯੋਗਤਾਵਾਦ ਨੇ ਤਾਂ ਇਹ ਕਹਿ ਦਿੱਤਾ ਕਿ ਕੋਈ ਵੀ ਫੈਸਲਾ ਲੈਣਾ ਤਾਂ ਉਹਨੂੰ ਪਰਖਣ ਦੀ ਕਸਰਟੀ ਇਹ ਹੈ ਕਿ ਉਸ ਤੇ ਕਿੰਨੇ ਬੰਦੇ ਸਹਿਮਤ ਨੇ ਜੇ ਮੈਜੋਰਟੀ ਸਹਿਮਤ ਹੈ ਮੈਜੋਰਟੀ ਉਸ ਨਾਲ ਖੁਸ਼ ਹੈ ਤਾਂ ਇਹ ਫੈਸਲਾ ਵਧੀਆ ਇਹ ਦੂਸਰੀ ਵਿਧਾਗ ਤੀਸਰੀ ਵਿਧਾਗੀ ਅ ਜਿਹਨੂੰ ਮੈਂ ਮੈਂ ਵੈਸਟ ਤੇ ਇਧਰ ਦਾ ਕਰਦਾ ਰਹਿ ਜਾਂਦਾ ਹੈਗਾ ਕਿ ਜਿਹੜੀ ਵਿਦਾ ਆ ਗਈ ਕਿ ਜੇ ਅਸੀਂ ਪੰਜਾਬ ਦੇ ਵਿੱਚ ਦੇਖੀਏ ਤਾਂ ਜਿਹੜੀ ਪਰੰਪਰਾ ਚੱਲ ਰਹੀ ਸੀ ਉਸ ਨੂੰ ਅਸੀਂ ਸ਼ਬਦ ਦਿੱਤੇ ਉਸ ਨੂੰ ਅਸੀਂ ਅਰਦਾਸ ਸ਼ਾਮਲ ਕੀਤਾ ਉਸ ਹੀ ਸਰਬੱਤ ਦਾ ਭਲਾ ਕਿ 51 ਬੰਦੇ ਜੋ ਗੱਲ ਕਹਿ ਰਹੇ ਨੇ ਜੇ ਉਹਦੇ ਵਿੱਚ ਸਰਬੱਤ ਦਾ ਭਲਾ ਨਹੀਂ ਹੈ ਤਾਂ ਉਹ ਗੱਲ ਫੈਸਲਾ ਉਹ ਠੀਕ ਨਹੀਂ ਹੋ ਸਕਦਾ ਵੈਸਟ ਦੇ ਵਿੱਚ ਇੰਗਲੈਂਡ ਦਾ ਫਿਲਾਸਫਰ ਆ ਸੌਰੀ ਫਰਾਂਸ ਦਾ ਫਿਲਾਸਫਰ ਹੈ ਜੀਨ-ਜੈਕਸ ਰੂਸੋ ਉਹ ਇਸ ਨੂੰ ਕਹਿ ਰਿਹਾ ਹੈਗਾ ਜਨਰਲ ਵਿਲ ਆਮ ਇੱਛਾ ਦੇ ਸਿਧਾਂਤ ਨਾਲ ਕਿ ਫੈਸਲਾ ਉਹੀ ਠੀਕ ਹੋਏਗਾ ਜਿਦੇ ਵਿੱਚ ਸਾਰੇ ਮਨੁੱਖਾਂ ਦੀ ਬਿਹਤਰ ਜ਼ਿੰਦਗੀ ਦੇ ਮੈਨੇ ਲੁਕੇ ਹੋਏ ਹੋਣਗੇ ਇਹ ਹੋ ਸਕਦਾ ਹੈ ਕਿ 99 ਬੰਦੇ ਕਿਸੇ ਹੋਰ ਮੈਨੇ ਤੇ ਸਹਿਮਤ ਹੋਣ ਇੱਕ ਬੰਦਾ ਉਸ ਤੇ ਸਹਿਮਤ ਹੋਵੇ ਤਾਂ ਉਹ ਇੱਕ ਬੰਦੇ ਦੀ ਗੱਲ ਫੈਸਲੇ ਦੇ ਰੂਪ ਚ ਲਈ ਜਾਣੀ ਚਾਹੀਦੀ ਹੈ ਜਿਦੇ ਵਿੱਚ ਸਾਰੇ ਲੋਕਾਈ ਦਾ ਸਰਵਤ ਦਾ ਭਲਾ ਜਿਹੜਾ ਜਿਦੇ ਵਿੱਚ ਛੁਪਿਆ ਹੋਵੇ ਇਹਦੇ ਤੇ ਫਿਰ ਇਹ ਹੋਇਆ ਕਿ ਇਹ ਆਇਡੈਂਟੀਫਾਈ ਕਰਨਾ ਬਹੁਤ ਔਖਾ ਹੈ ਇਹ ਇੰਟਰਪ੍ਰੀਟੇਸ਼ਨ ਸਭ ਨੂੰ ਪਾਉਂਦੀ ਹੈ ਕਿ ਸਾਰਿਆਂ ਦਾ ਪਲਾ ਲੁਖਾ ਹੋਵੇ ਉਹ ਫੈਸਲਾ ਮੰਨਿਆ ਜਾਵੇ ਪਰ ਇਹਦਾ ਜਿਹੜਾ ਕ੍ਰਿਟਿਸਿਜ਼ਮ ਹੈ ਇੱਕ ਹੀ ਇੱਕ ਔਰ ਬਹੁਤ ਸੋਲਿਡ ਕ੍ਰਿਟਿਸਿਜ਼ਮ ਆ ਉਹ ਇਹੀ ਹੈ ਕਿ ਇਹ ਚੀਜ਼ ਆਇਡੈਂਟੀਫਾਈ ਕੌਣ ਕਰੇਗਾ ਆਇਡੈਂਟੀਫਾਈ ਕਿਵੇਂ ਹੋਊਗੀ ਇਹਦੇ ਲਈ ਹਜੇ ਤੱਕ ਵੀ ਸਾਡੇ ਕੋਲੇ ਕੋਈ ਜਿਹੜਾ ਆਥੈਂਟਿਕ ਰਾਹ ਹੈਗਾ ਉਹ ਇਹੀ ਹੈ ਕਿ ਬੰਦਿਆਂ ਨੂੰ ਖੁੱਲ ਕੇ ਗੱਲ ਕਰਨ ਦਿਓ ਬੰਦਿਆਂ ਨੂੰ ਖੁੱਲ ਕੇ ਬੋਲਣ ਦਿਓ ਹਰ ਇੱਕ ਨੂੰ ਬੋਲਣ ਦਾ ਅਧਿਕਾਰ ਦਿਓ ਤਾਂ ਸਚਾਈ ਆਪ ਦੇ ਆਪ ਹੀ ਬਾਲ ਵਾਂਗੂ ਪਾਣੀ ਤੇ ਨਿੱਤਰ ਆਊਗੀ ਜਦੋਂ ਇਹ ਅਗਲੇ ਪੜਾਅ ਦੇ ਵਿੱਚ ਆ ਗਏ ਤਾਂ ਅਗਲੇ ਪੜਾਅ ਦੇ ਵਿੱਚ ਆ ਕੇ 16ਵੀਂ ਸਦੀ ਦੀ ਗੱਲ ਹੈ ਜਦੋਂ ਬੌਸ ਕਨ ਨੇ ਇਹ ਕਹਤਾ ਕਿ ਇਨਫੋਰਮੇਸ਼ਨ ਇਜ਼ ਪਾਵਰ ਫ੍ਰੈਂਸਿਕ ਬੌਸ ਕਨ ਨੇ ਇਹ ਕਹਤਾ ਹੁਣ ਜਦੋਂ ਖੁੱਲੇ ਵਿਚਾਰ ਚੱਲ ਰਹੇ ਨੇ ਤਾਂ ਜਿਹੜੇ ਬੰਦੇ ਕੋਲੇ ਇਨਫੋਰਮੇਸ਼ਨ ਵੱਧ ਹੋਊਗੀ ਉਹ ਪੂਰੀ ਲੋਕਾਈ ਨੂੰ ਇਹ ਗੱਲ ਜਚਾ ਦੇਵੇਗਾ ਕਿ ਕਿਹੜਾ ਫੈਸਲਾ ਤੁਹਾਡੇ ਹੱਕ ਦੇ ਵਿੱਚ ਆ ਕਿਉਂਕਿ ਮੈਨੂੰ ਹਜੇ ਅ ਡੈਂਟੀਫਾਈ ਨਹੀਂ ਹੋ ਰਿਹਾ ਮੈਨ ਨੇ ਹਜੇ ਬਿਹਤਰ ਜ਼ਿੰਦਗੀ ਦੇ ਬੰਦਿਆਂ ਨੂੰ ਸਮਝ ਨਹੀਂ ਆ ਰਹੇ ਕਿ ਬਿਹਤਰ ਜ਼ਿੰਦਗੀ ਦੇ ਮੈਨ ਨੇ ਕਿਸੇ ਵੀ ਜਨਰੇਸ਼ਨ ਨੂੰ ਸਮਝ ਨਹੀਂ ਆ ਰਹੇ ਹਰ ਬੰਦਾ ਇਹਦੇ ਆਪਣੀ ਜ਼ਿੰਦਗੀ ਦਾ ਵੱਡਾ ਪੜਾ ਬਿਹਤਰ ਜ਼ਿੰਦਗੀ ਦੇ ਮਿਹਨਤ ਲਾਸ਼ ਚ ਕਰਦਾ ਹੈਗਾ ਮੁੜ ਕੇ ਉਹਨਾਂ ਨੂੰ ਪੌਣ ਦੇ ਵਿੱਚ ਲਾਉਂਦਾ ਹੈਗਾ ਹਰ ਜਨਰੇਸ਼ਨ ਨੂੰ ਇਹ ਪੀਰੀਅਡ ਕਿਉਂਕਿ ਹਰ ਜਨਰੇਸ਼ਨ ਦੇ ਹਾਲਾਤ ਹਰ ਜਨਰੇਸ਼ਨ ਦੀ ਸਿਚੁਏਸ਼ਨ ਚੇਂਜ ਹੁੰਦੀ ਰਹਿੰਦੀ ਹੈ ਨ ਵਿਕਾਸ ਦੇ ਨਾਲ ਤਾਂ ਇਸ ਪੜਾ ਦੇ ਵਿੱਚ ਫਿਰ ਇਹ ਇਨਫੋਰਮੇਸ਼ਨ ਇਜ਼ ਪਾਵਰ ਦਾ ਕਨਸੈਪਟ ਆ ਗਿਆ ਕਿ ਜਿਹੜੇ ਬੰਦੇ ਕੋਲੇ ਇਨਫੋਰਮੇਸ਼ਨ ਜ਼ਿਆਦਾ ਹੋਊਗੀ ਉਹ ਬੰਦਾ ਜਿਹੜਾ ਮੈਨੇ ਦੇਊਗਾ ਔਰ ਉਹਨਾਂ ਮੈਨੇ ਨੂੰ ਸਹੀ ਸਾਬਤ ਕਰਨ ਦੀ ਉਹਦੇ ਕੋਲੇ ਪੋਜੀਸ਼ਨ ਜ਼ਿਆਦਾ ਤਕੜੀ ਹੋਏਗੀ ਇੱਥੋਂ ਫਿਰ ਜਦੋਂ ਪੋਲਿਟਿਕਸ ਤੋਂ ਗੱਲ ਸੋਸ਼ੀਓਲੋਜੀ ਦੇ ਵਿੱਚ ਆਈ ਤਾਂ ਸੋਸ਼ੀਓਲੋਜੀ ਕਹਿੰਦੀ ਹੈ ਇੱਕ ਇਟਲੀ ਦਾ ਫਿਲਾਸਫਰ ਐਂਟੋਨੀਓ ਗ੍ਰਾਮਸ਼ੀ ਤਾਂ ਉਸ ਨੇ ਇਹ ਦੇ ਦਿੱਤਾ ਕਿ ਬਿਹਤਰ ਜ਼ਿੰਦਗੀ ਦੇ ਮੈਨੇ ਨੇ ਨਾ ਬੰਦਾ ਐਨਲਾਈਜ਼ ਨਹੀਂ ਕਰ ਪਾਉਂਦਾ ਹੈਗਾ ਬੰਦੇ ਤੇ ਥੋਪ ਦਿੱਤੇ ਜਾਂਦੇ ਨੇ ਉਨੇ ਇਹਦੇ ਲਈ ਕਨਸੈਪਟ ਦਿੱਤਾ ਹੈਜਮਨੀ ਦਾ ਕਿ ਬੰਦਾ ਜਿਹੜਾ ਹੈਗਾ ਨਾ ਉਹ ਕੱਲਾ ਹੁੰਦਾ ਹੋਇਆ ਵੀ ਇੱਕ ਸੋਸਾਇਟੀ 'ਚ ਵੱਜਿਆ ਹੁੰਦਾ ਹੈਗਾ ਸੋਸਾਇਟੀ ਜਿਹੜੀ ਗੱਲ ਉਹਨੂੰ ਵਾਰ-ਵਾਰ ਕਹਿੰਦੀ ਹੈਗੀ ਆ ਬੰਦਾ ਉਸ ਨੂੰ ਸੱਚ ਤੌਰ ਤੇ ਮੰਨਣਾ ਸ਼ੁਰੂ ਕਰ ਦਿੰਦਾ ਹੈਗਾ ਔਰ ਉਹ ਸੋਸਾਇਟੀ ਕਿਹੜੀ ਗੱਲ ਕਹੂਗੀ ਇਹ ਚੀਜ਼ ਸੋਸਾਇਟੀ ਕਈ ਵਾਰ ਖੁਦ ਡਿਸਾਈਡ ਨਹੀਂ ਕਰਦੀ ਹੈਗੀ ਸੋਸਾਇਟੀ ਕਿਸੇ ਹੋਰ ਸੱਭਿਆਚਾਰ ਨੂੰ ਜਿਨ੍ਹਾਂ ਨੂੰ ਇਹ ਮੰਨ ਲਿਆ ਜਾਂਦਾ ਹੈਗਾ ਕਿ ਇਹ ਸੱਭਿਆਚਾਰ ਨੇ ਸਾਡੇ ਨਾਲੋਂ ਵੱਧ ਵਿਕਾਸ ਕੀਤਾ ਤੇ ਇਹ ਸੱਭਿਆਚਾਰ ਸਾਡੇ ਨਾਲੋਂ ਬਿਹਤਰ ਜ਼ਿੰਦਗੀ ਜੀ ਰਿਹਾ ਹੈ ਤਾਂ ਉਹਨਾਂ ਦੀ ਹਰ ਗੱਲ ਨੂੰ ਅਸੀਂ ਅਪਣਾਉਣ ਦੇ ਵਿੱਚ ਕਾਲ ਕਰਦੇ ਹਾਂ ਤੇ ਇਹ ਜਿਹੜਾ ਪ੍ਰੋਸੈਸ ਹੈ ਇਹ ਐਸਟੈਬਲਿਸ਼ ਹੋਣ ਦੇ ਵਿੱਚ ਕਿਸੇ ਵੀ ਸੱਭਿਆਚਾਰ ਦੀ ਦੂਸਰੇ ਸੱਭਿਆਚਾਰ ਦੇ ਉੱਤੇ ਹੈਜਮਨੀ ਐਸਟੈਬਲਿਸ਼ ਹੋਣ ਦੇ ਵਿੱਚ ਸਮਾਂ ਲੱਗਦਾ ਹੈਗਾ ਔਰ ਇਹਦਾ ਦੂਸਰਾ ਇਹ ਵੀ ਹੈ ਕਿ ਉਹ ਹੈਜਮਨੀ ਟੁੱਟਣ ਦੇ ਵਿੱਚ ਉਸ ਤੋਂ ਦੁੱਗਣਾ ਸਮਾਂ ਲੱਗਦਾ ਹੈਗਾ ਜਦੋਂ ਇੱਕ ਸਮਾਜ ਇਹ ਮੰਨਣਾ ਸ਼ੁਰੂ ਕਰ ਦੇਵੇ ਕਿ ਜੋ ਚੀਜ਼ ਦੂਸਰਾ ਸਮਾਜ ਜਿਹਦੀ ਹੇਜਮਨੀ ਐਸਟੈਬਲਿਸ਼ ਹੋ ਗਈ ਹੈ ਉਹ ਬਿਹਤਰ ਹੈ ਤਾਂ ਉਸ ਸਮਾਜ ਕੋਲੇ ਕੋਈ ਨਿਊਟਰਲ ਪੋਜੀਸ਼ਨ ਨਹੀਂ ਰਹਿ ਜਾਂਦੀ ਕਿ ਬਿਹਤਰ ਜ਼ਿੰਦਗੀ ਕੀ ਹੁੰਦੀ ਹੈ ਤੇ ਉਹਨਾਂ ਨੂੰ ਕੀ ਫੈਸਲੇ ਲੈਣੇ ਚਾਹੀਦੇ ਨੇ ਇਹ ਪੋਜੀਸ਼ਨ ਉਹ ਗਵਾ ਬੈਠਦਾ ਹੈਗਾ ਉਹ ਸਿਰਫ ਉਸ ਫਰੇਮਵਰਕ ਦੇ ਵਿੱਚ ਸੋਚਦਾ ਹੈਗਾ ਜਿਹੜਾ ਇੱਕ ਜਿਹੜਾ ਡੋਮੀਨੈਂਟ ਕਲਚਰ ਹੈ ਉਹ ਉਸ ਨੂੰ ਦਿਖਾਉਂਦਾ ਹੈਗਾ ਅਦੀ ਮੈਂ ਤੁਹਾਨੂੰ ਛੋਟੀ ਜੀ ਐਗਜ਼ਾਮਪਲ ਦਿੰਨਾ ਹੈ ਗੱਲ ਸਮਝਾਉਣ ਦੇ ਪਰਪਸ ਨਾਲ ਪਿਛਲੇ ਦਿਨੀ ਮੇਰਾ ਹਾਈ ਕੋਰਟ ਚੱਕਰ ਲੱਗਿਆ ਜੁਲਾਈ ਦਾ ਮਹੀਨਾ ਬਹੁਤ ਗਰਮੀ ਪਰ ਉੱਥੇ ਵਕੀਲਾਂ ਦੇ ਢੇਰੋ ਢੇਰ ਸੀਗੇ ਤੇ ਸਾਰਿਆਂ ਨੇ ਕਾਲਾ ਕੋਟ ਪਾਇਆ ਹੋਇਆ ਕਾਲਾ ਕੋਟ ਪਾ ਕੇ ਇੱਥੇ ਗਲੇ ਦੇ ਵਿੱਚ ਕਾਲਰ ਲੱਗੇ ਹੋਏ ਦੋ ਮੈਨੂੰ ਉੱਥੇ ਵੇਟਿੰਗ ਰੂਮ 'ਚ ਬੈਠਣਾ ਪਿਆ ਥੋੜੀ ਦੇਰ ਤੇ ਮੇਰੇ ਸਾਹਮਣੇ ਸੋਫੇ ਲੱਗੇ ਹੋਏ ਸੀ ਉਸ ਤੇ ਕੋਈ ਦੋ 250 ਵਕੀਲ ਕਾਲੇ ਕੋਟ ਪਾ ਕੇ ਬੈਠਾ ਉਦੋਂ ਗ੍ਰਾਮਸ਼ੀ ਮੈਨੂੰ ਇੰਨਾ ਸਹੀ ਲੱਗਿਆ ਕਿ ਕਾਲੇ ਕੋਟ ਦਾ ਲੰਡਨ ਦੇ ਵਿੱਚ ਫੈਸਲਾ ਹੋਇਆ ਸੀਗਾ ਕਿ ਵਕੀਲ ਹੈ ਜਿਹੜੀ ਉਹ ਕਾਲਾ ਕੋਟ ਪਾਉਣਗੇ ਲੰਡਨ ਦੇ ਵਿੱਚ ਮੌਸਮ ਇਸ ਤਰ੍ਹਾਂ ਦਾ ਹੈ ਕਿ 12 ਮਹੀਨੇ ਕਾਲਾ ਕੋਟ ਪਾਇਆ ਜਾ ਸਕਦਾ ਹੈਗਾ ਇਹ ਹਜਮਨੀ ਹੈ ਕਿ ਜੈਪੁਰ ਦਾ ਬੰਦਾ ਇਹ ਮਹਿਸੂਸ ਕਰ ਰਿਹਾ ਮੈਂ ਵਕੀਲ ਐ ਮੈਂ ਕਾਲਾ ਕੋਟ ਪਾਉਣਾ ਚੰਡੀਗੜ੍ਹ ਦਾ ਬੰਦਾ ਮਹਿਸੂਸ ਕਰ ਰਿਹਾ ਕਿ ਮੈਂ ਵਕੀਲ ਐ ਮੈਂ ਕਾਲਾ ਕੋਟ ਪਾਉਣਾ ਇਹ ਹਜਮਨੀ ਹੈ ਇਹ ਹੈਜਮਨੀ ਸਾਡੇ ਤੋਂ ਸਾਡੀ ਉਹ ਪੋਜੀਸ਼ਨ ਖੋਹ ਲੈਂਦੀ ਹੈ ਜਿੱਦੇ ਚ ਅਸੀਂ ਨਿਊਟਰਲ ਹੋ ਕੇ ਬਿਹਤਰ ਜ਼ਿੰਦਗੀ ਜਿਉਣ ਦੇ ਫੈਸਲੇ ਲੈਣੇ ਸੀਗੇ। ਔਰ ਇਹਦੇ ਵਿੱਚ ਡੋਮੀਨੈਂਟ ਗਰੁੱਪ ਹੈ ਜਿਹੜਾ ਉਹ ਕਿਹਦੇ ਤੋਂ ਵਾਇਲੇਸ਼ਨ ਕਰਵਾਉਂਦਾ ਹੈਗਾ ਉਹਦੇ ਘਰੋਂ। ਬੱਚੇ ਦੇ ਅਧਿਕਾਰ ਦੀ ਸਭ ਤੋਂ ਵੱਧ ਵਾਇਲੇਸ਼ਨ ਕੌਣ ਕਰਦੀ ਹੈ? ਹੁਣ ਤੁਸੀਂ ਪਹਿਲਾਂ ਜੋੜੋ ਕਿ ਸਮਾਜ ਪੁੰਗਰਿਆ ਸੀਗਾ ਮਾਂ ਦੇ ਦੁੱਧ ਦੀ ਸੱਲ ਤੋਂ। ਵਿਕਾਸ ਹੋ ਗਿਆ ਬੱਚੇ ਦੇ ਅਧਿਕਾਰ ਦੀ ਸਭ ਤੋਂ ਵੱਧ ਵਾਇਲੇਸ਼ਨ ਕੌਣ ਕਰ ਰਿਹਾ ਜੋਗਾ ਸਰ ਦੱਸਣਗੇ ਮਾਂ ਜਦੋਂ ਮਾਂ ਕਹਿੰਦੀ ਹੈ ਨਹੀਂ ਪੁੱਤ ਪੱਖਾ ਨਹੀਂ ਫੈਨ ਹੈ ਇਹ ਬੱਚੇ ਦੇ ਅਧਿਕਾਰ ਦੀ ਵਾਇਲੇਸ਼ਨ ਹੈ ਜਿਹੜੀ ਕਲਚਰਲ ਹੈਜਮਨੀ ਜੋ ਨਿਕਲੀ ਹੋਈ ਹੈ ਔਰ ਮਾਂ ਨੂੰ ਇਸ ਗੱਲ ਦਾ ਪਤਾ ਨਹੀਂ ਆ ਮਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੈ ਕਿ ਇਹ ਉਹ ਉਹ ਕਿਸੇ ਦੂਸਰੇ ਕਲਚਰ ਦੀ ਇੰਨੀ ਪਕੜ ਚ ਆ ਗਈ ਹੈ ਕਿ ਉਹ ਆਪਦੇ ਬੱਚੇ ਦੇ ਅਧਿਕਾਰਾਂ ਦੀ ਕ੍ਰੀਏਟੀਵਿਟੀ ਦੀ ਵਾਇਲੇਸ਼ਨ ਕਰ ਰਹੀ ਹੈਗੀ ਹੈ ਇਹ ਦੂਸਰਾ ਸੋਸ਼ੀਓਲੋਜੀ ਐਂਗਲ ਤੋਂ ਜਿਹੜਾ ਪੜਾ ਸਮਾਜ ਦਾ ਆਇਆ ਜਿਹਦੇ ਵਿੱਚ ਬਿਹਤਰ ਜ਼ਿੰਦਗੀ ਦੇ ਜਿਹੜੇ ਨਕਸ਼ੇ ਨੇ ਬਿਹਤਰ ਜ਼ਿੰਦਗੀ ਦੇ ਜਿਹੜਾ ਰਾਹ ਹੈ ਕੋਈ ਹੋਰ ਸਮਾਜ ਘੜ ਕੇ ਸਥਾਪਿਤ ਕਰਕੇ ਦੂਸਰੇ ਸਮਾਜ ਨੂੰ ਰੰਗ ਕਰ ਦਿੰਦਾ ਉਸ ਦੇ ਵਿੱਚ ਤੇ ਦੂਸਰਾ ਸਮਾਜ ਆਪਣੇ ਆਪ ਉਹਨਾਂ ਮੈਨਿਆਂ ਨੂੰ ਮੰਨਣਾ ਸ਼ੁਰੂ ਕਰ ਦਿੰਦਾ ਹੈਗਾ ਇਹ ਤੀਸਰਾ ਪੜਾ ਜਿਹੜਾ ਕਿਉਂਕਿ ਸਾਈਕੋਲੋਜੀ ਰੀਸੈਂਟ ਸਾਇੰਸ ਹੈ ਤੀਸਰਾ ਪੜਾ ਆਇਆ ਸਾਈਕੋਲੋਜੀ ਦਾ ਫੈਸਲਾ ਲੈਣ ਦੇ ਵਿੱਚ ਜਦੋਂ ਅਸੀਂ ਇਤਿਹਾਸ ਤੋਂ ਕਿਸੇ ਨਵੇਂ ਯੁੱਗ ਦੇ ਵਿੱਚ ਪ੍ਰਵੇਸ਼ ਕਰਦੇ ਹਾਂ ਨਾ ਤਾਂ ਉਦੋਂ ਘਟਨਾਵਾਂ ਨੂੰ ਗੋਹ ਨਾਲ ਦੇਖੀਏ ਤਾਂ ਗੱਲਾਂ ਹੌਲੀ-ਹੌਲੀ ਸਮਝ ਆਉਣੀਆਂ ਸ਼ੁਰੂ ਕੰਦੀਆਂ ਨੇ ਸਾਡੇ ਸਮਿਆਂ ਦੇ ਵਿੱਚ ਦੋ ਘਟਨਾਵਾਂ ਵਾਪਰੀਆਂ ਜਿਹੜਾ ਸਾਡਾ ਧਿਆਨ ਮੰਦੀਆਂ ਨੇ ਸਾਡਾ ਗਵਾਂਧੀ ਮੌਲਕਾ ਸ਼੍ਰੀਲੰਕਾ ਪਿਛਲੇ ਸਾਲਾਂ 'ਚ ਸ਼੍ਰੀਲੰਕਾ ਬਲਿਆ ਸੜਿਆ ਸ਼੍ਰੀਲੰਕਾ ਦੇ ਵਿੱਚ ਉਸ ਸਮੇਂ ਇੱਕ ਪਰਿਵਾਰ ਦਾ ਰਾਜ ਸੀਗਾ ਸ਼੍ਰੀਲੰਕਾ ਸਾਰਾ ਸੜਕਾਂ ਤੇ ਸੀ ਅੱਗਾਂ ਲੱਗ ਰਹੀਆਂ ਸੀਗੀਆਂ ਬੰਦੇ ਮਾਰ ਰਹੇ ਸੀਗੇ ਜਿਹੜਾ 엘ੀਟ ਕਲਾਸ ਸੀ ਰੂਲਿੰਗ ਕਲਾਸ ਸੀ ਉਹ ਦੇਸ਼ ਛੱਡ ਕੇ ਜਾ ਰਹੀ ਸੀ ਭੱਜ ਗਈ ਸੀ ਨਸ ਗਈ ਸੀ ਪੂਰਾ ਅਨਾਰਕੀ ਚੱਲ ਰਿਹਾ ਸੀਗਾ ਕ੍ਰਾਈਸਿਸ ਕਿੰਨਾ ਸੀਗਾ ਸ਼੍ਰੀਲੰਕਾ ਦਾ ਜਿਹੜਾ ਕਰਜ਼ੇ ਦਾ ਕ੍ਰਾਈਸਿਸ ਸੀਗਾ ਉਹ ਸੀ 46 ਬਿਲੀਅਨ ਡਾਲਰ ਸ਼੍ਰੀਲੰਕਾ ਦਾ ਜਿਹੜਾ ਕ੍ਰਾਈਸਿਸ ਸੀ ਨਾ ਕਰਜ਼ੇ ਦਾ 46 ਬਿਲੀਅਨ ਡਾਲਰ ਦਾ ਕ੍ਰਾਈਸਿਸ ਸੀਗਾ ਇਹ ਸਾਡੀ ਸਾਡੇ ਇਧਰ ਔਰੀਐਂਟੇਸ਼ਨ ਸੋਸਾਇਟੀ ਦੇ ਵਿੱਚ ਸਾਡਾ ਇਧਰ ਇਹ ਸਾਊਥ ਏਸ਼ੀਆ ਦੇ ਵਿੱਚ ਇਹ ਕ੍ਰਾਈਸਿਸ ਚੱਲ ਰਿਹਾ ਸੀਗਾ ਵੈਸਟ ਦੇ ਵਿੱਚ ਨਾਲੋਂ ਨਾਲ ਇੱਕ ਸੌਦਾ ਹੋ ਰਿਹਾ ਸੀ ਅਮਰੀਕਾ ਦਾ ਬਿਜ਼ਨਸਮੈਨ ਐਲਨ ਮਸਕ ਟਵਿੱਟਰ ਖਰੀਦ ਰਿਹਾ ਸੀਗਾ ਟਵਿੱਟਰ ਦਾ ਕਿੰਨੇ ਸੌਦਾ ਹੋਇਆ 44 ਬਿਲੀਅਨ ਡਾਲਰ ਚ ਸ਼੍ਰੀਲੰਕਾ ਸੜ ਰਿਹਾ ਬੰਦੇ ਮਰ ਰਹੇ ਨੇ ਬਿਹਤਰ ਜ਼ਿੰਦਗੀ ਦੀ ਤਲਾਸ਼ ਦੇ ਵਿੱਚ ਕਿੰਨੇ ਦਾ ਰੌਲਾ ਹੈ 46 ਬਿਲੀਅਨ ਡਾਲਰ ਦਾ ਲਗਭਗ ਇੱਕੋ ਜਿਹਾ 46 ਬਿਲੀਅਨ ਡਾਲਰ ਬੰਦੇ ਬਿਹਤਰ ਜ਼ਿੰਦਗੀ ਦੀ ਤਲਾਸ਼ 'ਚ ਮਰ ਰਹੇ ਨੇ 44 ਬਿਲੀਅਨ ਡਾਲਰ ਦੇ ਵਿੱਚ ਇੱਕ ਉਹ ਚੀਜ਼ ਖਰੀਦੀ ਜਾ ਰਹੀ ਹੈ ਜਿਹੜੀ ਦਿਖਦੀ ਨਹੀਂ ਹੈ ਜਦੀ ਕੋਈ ਹੋਂਦ ਨਹੀਂ ਹੈ ਉਹ ਚੀਜ਼ ਟਵਿੱਟਰ ਖਰੀਦਿਆ ਗਿਆ ਟਵਿੱਟਰ ਰਾਈਂ ਕੀ ਕੰਟਰੋਲ ਹੋਣਾ ਸੀ ਇਨਫੋਰਮੇਸ਼ਨ ਜਿਹੜੀ 16ਵੀਂ ਸਦੀ ਦੇ ਵਿੱਚ ਵਾਸਕ ਨੇ ਕਿਹਾ ਸੀ ਕਿ ਇਨਫੋਰਮੇਸ਼ਨ ਇਜ਼ ਪਾਵਰ ਤਾਂ ਟਵਿੱਟਰ ਖਰੀਦ ਕੇ ਐਲਨ ਮਸਕ ਕੀ ਖਰੀਦਣਾ ਚਾਹੁੰਦਾ ਸੀਗਾ ਉਹ ਮਹਿਜ਼ ਸਿਰਫ ਦਾ ਇੱਕ ਪਿੰਪੁਆਇੰਟ ਅਜੰਡਾ ਜਿਹੜਾ ਮੈਨੂੰ ਸਮਝ ਆਇਆ ਕਿ ਬੰਦੇ ਨੂੰ ਬੰਦੇ ਦੀ ਬਿਹਤਰ ਜ਼ਿੰਦਗੀ ਦੇ ਮਾਇਨੇ ਹੁਣ ਕੌਣ ਦੱਸੇਗਾ ਅੱਗੇ ਪੁਵੇਖਤ ਐਲਨ ਮਸਕ ਬੰਦੇ ਨੂੰ ਬੰਦੇ ਦੀ ਬਿਹਤਰ ਜ਼ਿੰਦਗੀ ਦੇ ਮਾਇਨੇ ਪੁਵੇਖ ਦੇ ਵਿੱਚ ਐਲਨ ਮਸਕ ਦੱਸੇਗਾ ਔਰ ਇਹ ਗੱਲ ਕੋਈ ਹਵਾ 'ਚ ਨਹੀਂ ਕਰ ਰਿਹਾ ਹੈਗਾ ਉਹ ਇਹ ਗੱਲ ਹਵਾ 'ਚ ਨਹੀਂ ਕਰ ਰਿਹਾ ਹੈਗਾ ਇਹ ਗੱਲ ਸਾਈਕੋਲੋਜੀਕਲ ਟੈਸਟ ਦੇ ਉੱਤੋਂ ਪ੍ਰੂਵ ਹੋਈ ਹੈਗੀ ਐ ਕੇ ਬੰਦੇ ਦੇ ਬਿਹੇਵੀਅਰ ਨੂੰ ਮੋਡੀਫਾਈ ਕੀਤਾ ਜਾ ਸਕਦਾ ਹੈਗਾ ਤਾਂ ਸੋਸ਼ਲ ਜਿਹੜਾ ਐਲਨ ਮਸਕ ਹੈ ਉਹ 44 ਬਿਲੀਅਨ ਡਾਲਰ ਟਵਿੱਟਰ ਤੇ ਲਾ ਰਿਹਾ ਹੈਗਾ ਪਰਪਸ ਸਿਰਫ ਇਹੀ ਹੈ ਕਿ ਬਿਹਤਰ ਜ਼ਿੰਦਗੀ ਦੇ ਮੈਨੇ ਕੀ ਹੁੰਦੇ ਨੇ ਇਹ ਬੰਦਾ ਨਾਲ ਡਿਸਾਈਡ ਕਰੇ ਇਹ ਐਲਨ ਮਸਕ ਡਿਸਾਈਡ ਕਰੂਗਾ ਕਿ ਬਿਹਤਰ ਜ਼ਿੰਦਗੀ ਦੇ ਮੈਨੇ ਕੀ ਹੁੰਦੇ ਨੇ ਤੇ ਪੰਜਾਬ ਦੇ ਲੋਕੋਂ ਤੁਸੀਂ ਜਿਆਦਾ ਬਿਹਤਰ ਤਰੀਕੇ ਨਾਲ ਇਸ ਗੱਲ ਨੂੰ ਸਮਝ ਸਕਦੇ ਆ ਕਿ ਇਤਿਹਾਸ ਦੇ ਵਿੱਚ ਕੈਨੇਡਾ ਨੂੰ ਵੈਸਟ ਲੈਂਡ ਕਿਹਾ ਜਾਂਦਾ ਤੇ ਆਸਟ੍ਰੇਲੀਆ ਨੂੰ ਕਾਲੇ ਪਾਣੀ ਕਿਹਾ ਜਾਂਦਾ ਸੀਗਾ ਤੇ ਸਾਡੇ ਲੋਕ ਜਿਹੜੀ ਧਰਤੀ ਨੂੰ ਜਿਹੜੀ ਧਰਤੀ ਦਾ ਕੋਈ 네ਗੇਟਿਵ ਨਾ ਹੀ ਹੈ ਨੀਗਾ ਤੁਸੀਂ ਇਤਿਹਾਸ ਦੇਖੋਗੇ ਤਾਂ ਪੰਜਾਬ ਦਾ ਕੋਈ 네ਗੇਟਿਵ ਨਾ ਨਹੀਂ ਤੁਹਾਨੂੰ ਮਿਲੇਗਾ ਪੰਜਾਬ ਹਮੇਸ਼ਾ ਹੀ ਚੜ੍ਹਦੀ ਕਲਾ ਦੀ ਦੇਵਤਿਆਂ ਦੀ ઋਸ਼ੀਆਂ ਦੀ ਮੂਨੀਆਂ ਦੀ ਪੀਰਾਂ ਦੀ ਪੈਗੰਬਰਾਂ ਦੀ ਯੋਧਿਆਂ ਦੀ ਧਰਤੀ ਹੀ ਤੁਹਾਨੂੰ ਇਤਿਹਾਸ ਦੇ ਵਿੱਚ ਕਿਸੇ ਥਾਂ ਤੇ ਰੈਫਰੈਂਸ ਮਿਲੇਗਾ ਬੀਏ ਭੁੱਖਿਆਂ ਦੀ ਧਰਤੀ ਕਿਸੇ ਥਾਂ ਤੇ ਕਿਸੇ ਥਾਂ ਤੇ ਕੋਈ ਰੈਫਰੈਂਸ ਨਹੀਂ ਮਿਲੇਗਾ ਕੈਨੇਡਾ ਦਾ ਤੁਸੀਂ ਅੱਜ ਤੋਂ 200 ਸਾਲ ਪਹਿਲਾਂ ਦਾ ਇਤਿਹਾਸ ਪੜੋਗੇ ਤਾਂ ਉਹਨੂੰ ਵੇਸਟ ਲੈਂਣਾ ਫालतू ਧਰਤੀ ਕਿਹਾ ਗਿਆ ਸੀ। ਆਸਟ੍ਰੇਲੀਆ ਦੀ ਧਰਤੀ ਹੈ ਜਿਹੜੀ ਉਹ ਕੈਦੀਆਂ ਦੀ ਧਰਤੀ ਕਿਹਾ ਗਿਆ ਉਹਨੂੰ। ਤੇ ਸਾਡੇ ਲੋਕ ਜਦੋਂ ਉਧਰ ਨੂੰ ਜਾ ਰਹੇ ਨੇ ਤਾਂ ਇਹ ਬਿਹਤਰ ਜ਼ਿੰਦਗੀ ਦੇ ਜਿਹੜਾ ਫੈਸਲਾ ਹੈਗਾ ਇਹ ਸੋਸ਼ਲ ਮੀਡੀਆ ਦਾ ਇਹਦੇ ਵਿੱਚ ਬਹੁਤ ਵੱਡਾ ਰੋਲ ਹੈਗਾ। ਜਦੋਂ ਭੂਆ ਦਾ ਮੁੰਡਾ ਫੋਟੋ ਭੇਜਦਾ ਉਥੋਂ ਕਿਸੇ ਕਾਰਨ ਨਾਲ ਖੜ ਕੇ ਤਾਂ ਉਹ ਬਿਹਤਰ ਜ਼ਿੰਦਗੀ ਦੇ ਫੈਸਲੇ ਬਿਹਤਰ ਜ਼ਿੰਦਗੀ ਦੇ ਮੈਨੇ ਅਟੈਚ ਹੁੰਦੇ ਨੇ। ਕਿ ਅਸੀਂ ਲੇਬਰ ਕਲਾਸ ਜੁਆਇਨ ਕਰਕੇ ਅਸੀਂ ਬਿਹਤਰ ਜ਼ਿੰਦਗੀ ਦੇ ਖੈਰ ਇਹਦੇ ਹੋਰ ਵੀ ਬਹੁਤ ਸਾਰੇ ਕਾਰਨ ਨੇ ਇਹ ਆਪਣੇ ਉਹਦਾ ਵਿਸ਼ਾ ਨਹੀਂ ਹੈਗਾ ਤਾਂ ਇਹਦੇ ਵਿੱਚ ਇਹ ਹੈ ਕਿ ਫੈਸਲਾ ਲੈਣ ਦੇ ਤਰੀਕੇ ਤੋਂ ਫੈਸਲਾ ਲੈਣ ਦੇ ਤਰੀਕੇ ਕਿਉਂਕਿ ਪਿਛਲੇ ਸਾਲ ਅਸੀਂ ਵਾਰਸ਼ਾ ਸੈਲੀਬ੍ਰੇਟ ਕਰ ਰਹੇ ਸੀ ਤਾਂ ਉਹ ਯੂਨੀਵਰਸਿਟੀ ਦਾ ਮਾਹੌਲ ਇਸ ਤਰ੍ਹਾਂ ਬਣਿਆ ਤੇ ਮੈਨੂੰ ਵੀ ਹੀਰ ਪੜਨ ਦਾ ਮੌਕਾ ਮਿਲਿਆ ਤਾਂ ਉਹ ਹੀਰ ਦੇ ਵਿੱਚੋਂ ਜਿਹੜਾ ਮੈਨੂੰ ਇਹਦਾ ਲੱਬਿਆ ਵੀ ਤਰੀਕਾ ਇਹਦਾ ਕੀ ਹੋ ਸਕਦਾ ਤਾਂ ਉਹ ਵਾਰਸ਼ਾ ਨੇ ਕਿਹਾ ਵਾਰਸ਼ਾ ਮਧਾਨੀਆਂ ਹੀਰ ਜੱਟੇ ਇਸ਼ਕ ਕੇ ਹੌਦਾ ਇਸ਼ਕ ਦਹੀਂ ਦਾ ਕਿਉਂ ਨਤਾਰਦੀ ਆ ਤਾਂ ਇਹ ਸਾਰਾ ਜੇ ਸੀ ਕਵਾਂਗੇ ਵੀ ਕਿ ਬੰਦਾ ਆਈਡੀਆਲ ਇਨਾਂ ਹੋ ਜਾਏਗਾ ਕਿ ਉਹ ਰੋਕ ਲਵੇਗਾ ਇਹ ਸਾਰਾ ਇਹ ਨਹੀਂ ਰੁਕਣਾ ਸਾਨੂੰ ਸਾਡੀ ਜਿਹੜੀ ਸਿੱਖਿਆ ਪ੍ਰਣਾਲੀ ਹੈ ਸਾਨੂੰ ਸਾਡਾ ਥਿੰਕਿੰਗ ਪ੍ਰੋਸੈਸ ਹੈ ਉਹਦੇ ਵਿੱਚ ਮੁਧਾਨੀ ਦਾ ਰੋਲ ਜਿਹੜਾ ਹੈਗਾ ਉਹ ਕਰਨਾ ਹੀ ਪਊਗਾ ਸਾਨੂੰ ਐਨਾਲਿਟਿਕਲ ਹੋਣਾ ਪਊਗਾ ਇਨਫੋਰਮੇਸ਼ਨ ਦਾ ਫਲੱਡ ਹੈ ਜਿਹੜਾ ਸਾਰੇ ਪਾਸਿਓਂ ਆ ਰਿਹਾ ਹੈਗਾ ਉਹਦੇ ਵਿੱਚੋਂ ਨਤਾਰਨਾ ਜਿਹੜਾ ਉਹ ਸਾਨੂੰ ਪਵੇਗਾ ਜੇ ਅਸੀਂ ਨਤਾਰਾਂਗੇ ਨਹੀਂ ਤਾਂ ਸਾਡੇ ਕੋਲੇ ਕੋਈ ਆਪਸ਼ਨ ਨਹੀਂ ਹੈ ਅਸੀਂ ਉਸ ਨੂੰ ਹੱਰ ਦੇ ਵਿੱਚੋਂ ਸਾਨੂੰ ਵੈਣਾ ਹੀ ਪਏਗਾ ਜੇ ਅਸੀਂ ਨਤਾਰਾਂਗੇ ਤਾਂ ਇਹਦਾ ਕੋਈ ਹੱਲ ਹੋ ਸਕਦਾ ਆ ਅਦਰਵਾਇਜ਼ ਇਹ ਸਾਡੇ ਲਈ ਕਾਫੀ ਔਖਾ ਰਹੇਗਾ ਕਿਉਂਕਿ ਐਲਨ ਮਸਕ ਨੂੰ ਪਿਛਲੇ ਮਹੀਨੇ ਬ੍ਰੇਨ ਦੇ ਵਿੱਚ ਚਿਪ ਲਾਉਣ ਦੀ ਪ੍ਰਵਾਨਗੀ ਮਿਲ ਗਈ ਹੈ ਟੈਸਟ ਕਰਨ ਦੀ ਪ੍ਰਵਾਨਗੀ ਮਿਲ ਗਈ ਹੈਗੀ ਹੈ ਤਾਂ ਬਹੁਤ ਜਲਦੀ ਹੀ ਰਾਬਰਟ ਤੇ ਜਿਹੜਾ ਬੰਦਾ ਉਹਦੇ ਵਿੱਚਲਾ ਜਿਹੜਾ ਫਰਕ ਹੈ ਉਹ ਘਟਨਾ ਸ਼ੁਰੂ ਹੋ ਜਾਣਾ ਹੈਗਾ ਤੇ ਆਰਟੀਫੀਸ਼ਲ ਇੰਟੈਲੀਜੈਂਸ ਆ ਗਈ ਹੈ ਆਰਟੀਫੀਸ਼ਲ ਇੰਟੈਲੀਜੈਂਸ ਨੇ ਤੁਹਾਡਾ ਜਿਹੜਾ ਮਧਾਨੀ ਦਾ ਰੋਲ ਨੂੰ ਕਾਊਂਟਰ ਕਰਨਾ ਹੈਗਾ ਉਹਨੇ ਤੁਹਾਡੇ ਐਨਾਲਿਟਿਕਲ ਪਾਵਰ ਨੂੰ ਖਤਮ ਕਰਨਾ ਹੈਗਾ ਅਸੀਂ ਬੜੀ ਛੇਤੀ ਹੀ ਸਾਡਾ ਰਿਸਰਚਰ ਵੀ ਸਾਡਾ ਅਕੈਡਮੀਸ਼ਨ ਵੀ ਆਰਟੀਫੀਸ਼ਲ ਇੰਟੈਲੀਜੈਂਸ ਦੀ ਗ੍ਰਿਫਤ ਚ ਆ ਜੂ ਆਉਣ ਦੇ ਬਹੁਤ ਖਤਰੇ ਹੈਗੇ ਨੇ ਜਿਹੜੇ ਸਾਡੇ ਸਾਹਮਣੇ ਨੇ ਤਾਂ ਉਹਦੇ ਨਾਲ ਉਹੀ ਹੈ ਕਿ ਸਾਡੇ ਜਿਹੜਾ ਮਧਾਨੀ ਦਾ ਰੋਲ ਹੈ ਉਹ ਖਤਮ ਕਰ ਦੇਣਗੇ ਜੇ ਔਰ ਜਿਵੇਂ ਹੀ ਇਹ ਖਤਮ ਹੋਏਗਾ ਚਿਪ ਸਿਸਟਮ ਆ ਜਾਏਗਾ ਤਾਂ ਜਿਹੜੇ ਫੈਸਲੇ ਨੇ ਸਾਨੂੰ ਲੱਗ ਰਿਹਾ ਹੋਗਾ ਅਸੀਂ ਲੈ ਰਹੇ ਆ ਪਰ ਫੈਸਲੇ ਕਿਸੇ ਹੋਰ ਜਗ੍ਹਾ ਤੇ ਲੈ ਜਾਣੇ ਜਾਣੇ ਸ਼ੁਰੂ ਹੋ ਜਾਣਗੇ ਤੇ ਮੈਨੂੰ ਕਿਸੇ ਨੇ ਰੋਕਿਆ ਤਾਂ ਹੈ ਨਹੀਂ ਤੇ ਪਰ ਮੈਨੂੰ ਪਤਾ ਕਿ ਮੇਰੇ ਤੋਂ ਬਹੁਤ ਸੀਨੀਅਰ ਟੀਚਰਜ਼ ਬੈਠੇ ਨੇ ਤੇ ਮੈਨੂੰ ਲੱਗਦਾ ਮੈਂ ਸ਼ਾਇਦ ਟਾਈਮ ਪਹਿਲਾਂ ਹੀ ਵੱਧ ਲੈ ਚੁੱਕਿਆ ਤਾਂ ਮੇਰੀ ਇੰਨੀ ਹੀ ਗੱਲ ਸੀਗੀ ਮੇਰੇ ਹੀ ਪ੍ਰਮਾਨ ਕਰਿਓ ਸਤਿ ਸ਼੍ਰੀ ਅਕਾਲ